ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੁਝ ਦਿਨਾਂ ਤੋਂ ਜਿਹੜੀ ਹੈ بارش ਦਾ ਮੌਸਮ ਚੱਲ ਰਿਹਾ ਹੈ ਅਤੇ ਰੁਕ ਰੁਕ ਕੇ ਪੂਰੇ ਪੰਜਾਬ 'ਚ ਨਹੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ بارش ਹੋ ਰਹੀ ਹੈ ਉਸੇ بارش ਦੇ ਤਹਿਤ ਹੀ ਪਹਾੜਾਂ ਵਿੱਚ ਵੀ ਕਾਫੀ ਦਿਨਾਂ ਤੋਂ بارش ਹੋਣ ਕਰਕੇ ਅੱਜ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਵਿੱਚ ਪ੍ਰਸ਼ਾਸਨ ਵੱਲੋਂ ਜਿੱਥੇ ਹਾਈ ਅਲਰਟ ਕੀਤਾ ਗਿਆ ਹੈ ਉਸ ਦੇ ਬਾਬਤ ਅਸੀਂ ਅੱਜ ਪਹੁੰਚੇ ਹਾਂ ਹਿੰਦ-ਪਾਕਿਸਤਾਨ ਦੇ ਨਜ਼ਦੀਕ ਵਸਦੇ ਪਿੰਡਾਂ ਦੇ ਵਿੱਚ ਜਿਸ ਜਗ੍ਹਾ ਦੇ ਉੱਤੇ ਰਾਵੀ ਦਰਿਆ ਵਹਿੰਦਾ ਹੈ ਸਾਡੇ ਪਿੱਛੇ ਕੁਝ ਦੂਰੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਹਿੰਦ-ਪਾਕਿਸਤਾਨ ਭਾਰਤ-ਪਾਕਿਸਤਾਨ ਸਰਹੱਦ ਪੈਂਦੀ ਹੈ ਇਹਦੇ ਦੂਰ ਥੋੜੀ ਹੀ ਦੂਸਰੇ ਪਾਸੇ ਅਵੀ ਦਰਿਆ ਪੈਂਦਾ ਹੈ ਤੇ ਉਸ ਦਰਿਆ ਚ ਜੋ ਅੱਜ ਉਜ ਚ 1.5 ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਹਾਈ ਅਲਰਟ ਕੀਤਾ ਗਿਆ ਹੈ ਜ਼ਿਲ੍ਹੇ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਇੱਕ ਜਾਗਰੂਕ ਕੀਤਾ ਗਿਆ ਹੈ ਕਿ ਜਿਹੜੇ ਕਿਸਾਨਾਂ ਦੀਆਂ ਮੋਟਰਾਂ ਜਾਂ ਵਾਹਨਾਂ ਜਾਂ ਕੋਈ ਹੋਰ ਜ਼ਰੂਰੀ ਸਮਾਨ ਰਾਵੀ ਦੇ ਨਾਲ ਲੱਗਦੇ ਖੇਤरां ਦੇ ਵਿੱਚ ਮੋਟਰਾਂ ਦੇ ਕਮਰਿਆਂ 'ਚ ਸਥਿਤ ਹਨ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਦੇ ਉੱਤੇ ਲਿਆ ਜਾਂਦਾ ਜਾਵੇ ਪਰ ਫਿਲਹਾਲ ਜਿਹੜੀ ਅੱਜ ਦੀ ਸਥਿਤੀ ਦੀ ਜੇਕਰ ਗੱਲ ਕਰੀਏ ਜ਼ਿਲ੍ਹਾ ਗਰਦਾਸਪੁਰ ਦਾ ਬਲਾਕ ਕਲਨੌਰ ਹੈ ਇਸ ਦੇ ਨਜ਼ਦੀਕ ਪਿੰਡੇ ਪਿੰਡ ਚੰਦੂ ਵਡਾਲਾ ਬੋਹੜ ਵਡਾਲਾ ਰੋਸਾ ਲੋਪਾ ਮੇਤਲਾ ਆਦ ਪਿੰਡ ਅਜਿਹੇ ਪਿੰਡ ਹਨ ਜਿਹੜੇ ਰਾਵੀ ਦਰਿਆ ਦੇ ਬਿਲਕੁਲ ਨਜ਼ਦੀਕ ਸਥਿਤ ਹਨ ਭਾਵੇਂ ਇਸ ਦੇ ਵਿੱਚ ਇੱਕ ਤੁਸੀ 92 ਡਿਫੈਂਸ ਦੇ ਤੌਰ ਤੇ ਬਣਾਇਆ ਗਿਆ ਹੈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਇਹਨਾਂ ਪਿੰਡਾਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿਆ ਆ ਇਹਨਾਂ ਨੂੰ ਅਲਰਟ ਕੀਤਾ ਗਿਆ ਹੈ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਅਤੇ ਜੋ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਜੋ ਵੀ ਉਹਨਾਂ ਦੇ ਸੰਦ ਹਨ ਖੇਤੀਬਾੜੀ ਦੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਲਿਆਉਣ ਸਾਡੇ ਨਾਲ ਪਿੰਡ ਰੋਸਾ ਦੇ ਕੁਝ ਮੋਤਬਰ ਵੀ ਮੌਜੂਦ ਹਨ ਸਰਪੰਚ ਪ੍ਰਭ ਸ਼ਰਨ ਸਿੰਘ ਸਿੱਧੂ ਰੋਸਾ ਜੀ ਸਾਡੇ ਨਾਲ ਮੌਜੂਦ ਹੈ ਇਹਨਾਂ ਕੋ ਜਾਣ ਲੈਣੇ ਆ ਕਿ ਕਿਹੜੇ-ਕਿਹੜੇ ਸਮੇਂ 'ਚ ਇੱਥੇ ਪਹਿਲਾਂ ਪਾਣੀ ਆਉਂਦਾ ਰਿਹਾ ਤੇ ਹੁਣ ਦੀ ਜੋ ਸਥਿਤੀ ਵੇਖਣ ਵਾਲੀ ਆ ਉਹ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਬੰਧਨ ਇਸ ਤੋਂ ਪਹਿਲਾਂ ਮਤਲਬ ਪਹਿਲਾਂ 88 ਚ ਫਿਰ 92 ਚ 95 ਚ ਫਿਰ 2016 ਚ ਬਹੁਤ ਵਾਰੀ بارش ਹੋ ਕੇ ਇਦਾਂ ਹੜ੍ਹ ਜਿਹੜਾ ਦਰਾਵੀ ਦਰਿਆ ਦਾ ਜਿਹੜਾ ਵਾ ਵਹਾਵਾ ਪਾਣੀ ਜਿੱਤੋਂ ਚੜ ਜਾਂਦਾ ਰਿਹਾ ਸਾਡੀਆਂ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਰਿਹਾ ਅੱਜ ਵੀ ਜੋ ਪ੍ਰਸ਼ਾਸਨ ਵੱਲੋਂ ਅਪੀਲ ਹੋਈ ਹੈ ਤੇ ਗੁਰੂ ਘਰਾਂ ਵਿੱਚ ਲੋਸ ਮਿਟਾ ਕਰਾਉਂਦੀਆਂ ਕਿ ਜਿਹੜੀਆਂ ਮੋਟਰਾਂ ਆਪਣੀਆਂ ਨੇ ਉਹ ਸੁਰੱਖਿਤ ਥਾਂ ਤੇ ਲੈ ਆਓ ਕਮਰਿਆਂ ਦੇ ਵਿੱਚੋਂ ਕੱਢ ਕੇ ਲੈ ਆਓ ਕਿਉਂਕਿ ਪਾਣੀ ਪਿੱਛੋਂ ਛੱਡਿਆ ਗਿਆ ਵਾ ਹੋ ਸਕਦਾ ਵਾ ਇਹ ਸਾਡਾ ਹਰਕਿਵੀ ਫੇਰ ਬਹੁਤ ਨੁਕਸਾਨ ਹੋਵੇ ਇਹ ਅਸੀਂ ਬਾਰਡਰ ਏਰੀਆ ਤੇ ਰਹਿਣ ਵਾਲੇ ਬੰਦੇ ਆ ਲੋਕ ਆ ਸਭ ਸਾਨੂੰ ਹਰ ਪਾਸਿਓਂ ਹੀ ਮਾਰ ਪੈਂਦੀ ਆ ਜੇ ਲੜਾਈ ਲੱਗਦੀ ਆ ਤੇ ਤਾਂ ਵੀ ਸਾਨੂੰ ਮਾਰ ਪੈਂਦੀ ਆ ਜੇ ਹੁਣ ਹਰਕਾ ਪਾਣੀ ਵਾਲਾ ਪਿਛਲੇ ਸਾਲ ਵੀ ਜਿਹੜੀਆਂ ਸਾਡੀਆਂ ਫਸਲਾਂ ਹੀ ਉਹ ਮਰ ਗਈਆਂ ਸੀ 2016 ਚ ਵੀ ਉਦੋਂ ਵੀ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਸਾਡੀ ਤੇ ਪੁਰਜਰ ਮੰਗੇ ਹੋਈ ਆ ਸਰਕਾਰਾਂ ਅੱਗੇ ਕਿ ਜਿਹੜੇ ਸਾਡਾ ਰਾਵੀ ਦਰਿਆ ਦਾ ਬੰਨਿਆਂ ਨਾਲ ਨਾਲ ਉਹਦੇ ਸਾਰੇ ਸਪਰ ਵੱਜਣ ਤਾਂ ਜੋ ਸਾਡੀਆਂ ਫਸਲਾਂ ਦਾ ਤੇ ਸਾਡੇ ਪਿੰਡਾਂ ਦਾ ਬਚਾਅ ਹੋ ਸਕੇ ਜੇਕਰ ਹਾਈਲਾਈਟ ਦੀ ਗੱਲ ਕੀਤੀ ਜਾਏ ਤੁਹਾਡੇ ਤੱਕ ਪ੍ਰਸ਼ਾਸਨ ਨਾਲ ਕਿਸ ਤਰੀਕੇ ਦੀ ਪਹੁੰਚ ਕੀਤੀ ਗਈ ਹੈ ਸਾਨੂੰ ਹਰ ਮੈਕਮੇ ਵੱਲੋਂ ਖੇਤੀਬਾੜੀ ਮੈਕਮੇ ਵੱਲੋਂ ਬੀਡੀਪੀਓ ਦਫ਼ਤਰ ਵੱਲੋਂ ਐਸਡੀਐਮ ਸਾਹਿਬ ਵੱਲੋਂ ਪਟਵਾਰੀ ਸਾਹਿਬ ਵੱਲੋਂ ਤਹਿਸੀਲਦਾਰ ਵੱਲੋਂ ਸਾਹਿਬ ਵੀ ਫੋਨ ਵੀ ਆ ਗਏ ਨੇ ਤੇ ਮੈਸੇਜ ਵੀ ਆ ਗਿਆ ਸੀ ਕਿ ਇਦਾਂ ਹਾਈਲਾਈਟ ਹੋਇਆ ਵਾ ਫਿਰ ਅਸੀਂ ਗੁਰੂ ਘਰ ਜਾ ਕੇ ਅਲਾਸਮੈਂਟ ਕਰਵਾਤੀ ਹੈ ਤੋਂ ਹੁਣ ਸਾਡੇ ਜਿੰਨੇ ਕਿਸਾਨ ਵਿਚਾਰੇ ਨੇ ਉਹ ਸਾਰੇ ਆਪ ਆਪਣੇ ਮੋਟਰਾਂ ਖੋਲ ਕੇ ਜੋ ਵਾਪਸ ਲੈ ਕੇ ਆ ਰਹੇ ਹਨ ਇੱਕ ਤੁਸੀਂ ਖਰਾਬੇ ਦੀ ਗੱਲ ਕੀਤੀ ਕਿ ਪਿਛਲੇ ਸਮੇਂ ਦੌਰਾਨ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਸੀ ਖਰਾਬਾ ਨਹੀਂ ਦਿੱਤਾ ਗਿਆ ਉਸ ਵਿੱਚ ਢਿੱਲਮੱ ਉਹ ਹਜੇ ਤੱਕ ਸਿਰਫ ਕਾਗਜ਼ੀ ਕਾਗਜ਼ਿਆਂ ਤੱਕ ਹੀ ਸੀਮਤ ਹੈ ਉਸ ਤੋਂ ਬਾਅਦ ਕੋਈ ਕੋਈ ਕਾਰਵਾਈ ਨਹੀਂ ਅਸੀਂ ਕਈ ਵਾਰੀ ਵੀ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਹਾਂ ਕਿ ਜਿਹੜੀਆਂ ਸਾਡੀਆਂ ਮਰੀਆਂ ਫਸਲਾਂ ਝੋਨੇ ਮਰ ਗਏ ਸੀ ਸਾਡੇ 2016 ਚ ਵੀ ਉਦੋਂ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਸਾਡਾ ਹੁਣ ਵੀ ਵੇਖੋ 44 44 ਫੁੱਟ ਸਾਡੀਆਂ ਜ਼ਮੀਨਾਂ ਇਹਨਾਂ ਐਕਵਾਇਰ ਕਰ ਲਿਆ ਨੇ ਜਿੱਥੇ ਨਵੀਂ ਤਾਰਬੰਦੀ ਲੱਗੀ ਆ ਸਾਨੂੰ ਉਸ ਦਾ ਵੀ ਕੋਈ ਪੈਸਾ ਨਹੀਂ ਮਿਲਿਆ ਜਿਹੜੀ ਪਹਿਲਾਂ 44 ਫੁੱਟ ਤਾਰ ਲੱਗੀ ਸੀ ਉਹ ਵੀ ਜ਼ਮੀਨਾਂ ਐਕਵਾਇਰ ਕੀਤੀਆਂ ਸਾਨੂੰ ਉਹਦਾ ਵੀ ਕੋਈ ਪੈਸਾ ਨਹੀਂ ਮਿਲਿਆ 10 ਫੁੱਟ ਸਾਡੀ ਜ਼ਮੀਨ ਜਿਹੜੀ ਆ ਹਿੰਦਪਾਕ ਦੀ ਜ਼ੀਰੋ ਲਾਈਨ ਆ ਉਹਦੇ ਉੱਤੇ ਐਕਵਾਇਰ ਕੀਤੀ ਹੈ ਸਾਨੂੰ ਉਹਦਾ ਵੀ ਕੋਈ ਪੈਸਾ ਨਹੀਂ ਮਿਲਿਆ ਅਸੀਂ ਕੋਟਾਂ ਵਿੱਚ ਧੱਕੇ ਖਾ ਰਹੇ ਆ ਕੋਟਾਂ ਵਿੱਚ ਕੇਸ ਕੀਤੇ ਨੇ ਬਿਲਕੁਲ ਜਿਹੜਾ ਅੱਜ ਪ੍ਰਸ਼ਾਸਨ ਵੱਲੋਂ ਹਾਈਲਾਈਟ ਕੀਤਾ ਗਿਆ 1.5 ਤੋਂ 2 ਲੱਖ ਕਿਉਂਕ ਪਾਣੀ ਛੱਡਿਆ ਗਿਆ ਹੈ ਅੱਜ ਉਥੋਂ ਅਨਾਊਂਸਮੈਂਟ ਕੀਤੀ ਗਈ ਪਾਣੀ ਛੱਡਣ ਬਾਰੇ ਇਥੋਂ ਤੱਕ ਕਦੋਂ ਤੱਕ ਸੰਭਾਵਨਾ ਕਿ ਪਾਣੀ ਆਊਗਾ ਜਾਂ ਇਨ੍ਹਾਂ ਖੇਤਰਾਂ ਦੇ ਵਿੱਚ ਪਾਣੀ ਦਾਖਲ ਹੋਣ ਦੀ ਸੰਭਾਵਨਾ ਹੈਗੀ ਇੱਥੇ ਜੀ ਵੇਖੋ ਜਦੋਂ ਪਿੱਛੋਂ ਪਾਣੀ 2016 ਚ ਵੀ ਆਇਆ ਸੀ ਉਦੋਂ ਵੀ ਸਾਡੇ ਤਕਰੀਬਨ ਸ਼ਾਮ ਤੱਕ 4-5 ਵਜੇ ਤੱਕ ਪਾਣੀ ਪਹੁੰਚ ਜਾਏਗਾ ਇਥੋਂ ਤੱਕ ਜਿੰਨਾਕ ਪਾਣੀ ਛੱਡਿਆ ਬਿਲਕੁਲ ਜੀ ਤੁਸੀਂ ਸੁਣਿਆ ਹੈ ਕਿ ਜੋ ਇਹ ਪਿੰਡ ਰੋਸਾ ਦੇ ਸਰਪੰਚ ਹਨ ਮੋਤਬੇਰ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਪਾਣੀ ਦਰਿਆਵਾਂ ਦੇ ਵਿੱਚ ਛੱਡਿਆ ਜਾਂਦਾ ਉਹਦੇ ਵੱਲੋਂ ਛੱਡਿਆ ਜਾਂਦਾ ਤਾਂ 12 ਤੋਂ 18 ਘੰਟਿਆਂ ਦੇ ਵਿੱਚ ਇਸ ਜਗ੍ਹਾ ਤੇ ਉੱਤੇ ਪਾਣੀ ਪਹੁੰਚਦਾ ਤੇ ਉਹਨਾਂ ਵੱਲੋਂ ਇੱਕ ਜਿਹੜਾ ਦੁੱਖ ਜ਼ਾਹਰ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਜਿਹੜੀਆਂ ਉਹਨਾਂ ਦੀਆਂ ਪ੍ਰਭਾਵਿਤ ਹੋਈਆਂ ਸਨ ਫਸਲਾਂ ਉਹਨਾਂ ਦਾ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਫਿਲਹਾਲ ਇਸ ਜਗ੍ਹਾ ਦੇ ਉੱਤੇ ਅਜੇ ਪਾਣੀ ਪਹੁੰਚਣਾ ਅਜੇ ਕਾਫੀ ਸਮਾਂ ਲੱਗੇਗਾ ਪਰ ਉਸ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਹਾਈ ਅਲਰਟ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜੇ ਪ੍ਰਬੰਧ ਆਪਣੇ ਕਰ ਲਏ ਜਾ ਰਹੇ ਹਨ ਜਿਹੜੀਆਂ ਮੋਟਰਾਂ ਉਹਨਾਂ ਦੀਆਂ ਖੇਤਾਂ ਦੇ ਵਿੱਚ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਉਸ ਸੁਰੱਖਿਅਤ ਜਗ੍ਹਾ ਵੱਲ ਲੈ ਜਾ ਰਹੇ ਹਨ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ